प्यारे विद्यार्थियों YouTube चैनल सोशियो क्लासेस ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਅਸੀਂ ایئر فون کہانی ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਬਲਵਿੰਦਰ ਸਿੰਘ ਸੋਢੀ ਜੀ ਦੁਆਰਾ ਲਿਖੀ ਗਈ ਹੈ ਇਸ کہانی ਵਿੱਚ ਮਿਨਾਕਸ਼ੀ ਨਾਂ ਦੀ ਇੱਕ ਲੜਕੀ ਹੈ ਜੋ 12ਵੀਂ ਜਮਾਤ ਵਿੱਚ ਪੜਦੀ ਹੈ ਤੇ ਪੜਨ ਵਿੱਚ ਬਹੁਤ ਹੁਸ਼ਿਆਰ ਹੈ ਲੇਕਿਨ ਉਸ ਨੂੰ ایئر فون ਤੇ ਗਾਣੇ ਸੁਣਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਸ ਲਈ ਉਹ ਸਾਰਾ ਸਾਰਾ ਦਿਨ ਤੇ ਇੱਥੋਂ ਤੱਕ ਕਿ ਅੱਧੀ ਅੱਧੀ ਰਾਤ ਤੱਕ ਵੀ 이어ਫੋਨ ਲਗਾ ਕੇ ਗਾਣੇ ਸੁਣਦੀ ਰਹਿੰਦੀ ਹੈ। ਉਸਦੇ ਮੰਮੀ ਪਾਪਾ ਉਸ ਨੂੰ ਬਹੁਤ ਰੋਕਦੇ ਹਨ ਪਰ ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦੀ। ਇੱਕ ਵਾਰ ਤਾਂ ਹਟ ਜਾਂਦੀ ਹੈ ਜਦੋਂ ਉਸਦੇ ਮੰਮੀ ਪਾਪਾ ਉਸ ਨੂੰ ਦੇਖਦੇ ਹਨ ਲੇਕਿਨ ਬਾਅਦ ਦੇ ਵਿੱਚ ਫਿਰ 이어ਫੋਨ ਲਗਾ ਕੇ ਗਾਣੇ ਸੁਣਨਾ ਸ਼ੁਰੂ ਕਰ ਦਿੰਦੀ ਹੈ। ਕਈ ਵਾਰ ਇਸ ਤਰ੍ਹਾਂ ਦਾ ਬਹਾਨਾ ਕਰਦੀ ਹੈ ਕਿ ਮੇਰੇ ਨਾਲ ਕੋਈ ਖੇਡਣ ਵਾਲਾ ਨਹੀਂ ਇਸ ਲਈ ਮੈਂ ਹੋਰ ਕੀ ਕਰਾਂ। ਉਸਦੀ ਮੰਮੀ ਵੀ ਉਸ ਨਾਲ ਕੈਰਮ ਖੇਡਣ ਲਈ ਤਿਆਰ ਹੋ ਜਾਂਦੀ ਹੈ ਜਦੋਂ ਹੀ ਉਹ ਖੇਡਣਾ ਸ਼ੁਰੂ ਕਰਦੇ ਹਨ। ਤਾਂ ਉਸੇ ਟਾਈਮ ਨੀsha ਦੀ ਸਹੇਲੀ ਪੂਨਮ ਉਸ ਨੂੰ ਮਿਲਣ ਆ ਜਾਂਦੀ ਹੈ ਤਾਂ ਨੀsha ਪੂਨਮ ਲਈ ਚਾਹ ਬਣਾਉਣ ਚਲੀ ਜਾਂਦੀ ਹੈ ਅਤੇ ਪੂਨਮ ਕੋਲ ਬੈਠ ਕੇ ਉਹ ਦੱਸਦੀ ਹੈ ਕਿ ਮਿਨਾਕਸ਼ੀ ਸਾਰਾ ਸਾਰਾ ਦਿਨ 이어ਫੋਨ ਤੇ ਗਾਣੇ ਸੁਣਦੀ ਰਹਿੰਦੀ ਹੈ ਪੂਨਮ ਵੀ ਆਪਣੇ ਬੇਟੇ ਦੇ ਬਾਰੇ ਦੱਸਦੀ ਹੈ ਕਿ ਉਹ ਵੀ ਸਾਰਾ ਦਿਨ 이어ਫੋਨ ਦੇ ਨਾਲ ਹੀ ਚਿੰਬੜਿਆ ਰਹਿੰਦਾ ਹੈ ਜਿਉਂ ਹੀ ਪੇਪਰ ਖਤਮ ਹੁੰਦੇ ਹਨ ਮਿਨਾਕਸ਼ੀ ਆਪਣੀ ਭੂਆ ਦੇ ਘਰ ਚਲੀ ਜਾਂਦੀ ਹੈ ਉਹ ਅਧਿਕਾਰ ਜਾ ਕੇ ਉਸ ਨੂੰ ਹੋਰ ਵੀ ਆਜ਼ਾਦੀ ਮਿਲ ਜਾਂਦੀ ਹੈ ਭਾਵੇਂ ਉਸਦੀ ਭੂਆ ਵੀ ਉਸ ਨੂੰ ਏਅਰਫੋਨ ਲਗਾਉਣ ਤੋਂ ਰੋਕਦੀ ਹੈ ਪਰ ਉਹ ਕਿਸੇ ਦੀ ਮੰਨਣ ਵਾਲੀ ਕਿੱਥੇ ਹੈ ਜਦੋਂ 12ਵੀਂ ਦਾ ਰਿਜ਼ਲਟ ਆਉਂਦਾ ਹੈ ਤਾਂ ਉਸਦੇ ਪਾਪਾ ਉਸ ਨੂੰ ਵਾਪਸ ਆਪਣੇ ਘਰ ਲੈ ਆਉਂਦੇ ਹਨ ਉਹ 12ਵੀਂ ਦੇ ਪੇਪਰਾਂ ਦੇ ਵਿੱਚੋਂ ਫਰਸਟ ਆਉਂਦੀ ਹੈ ਜਿਸ ਦੇ ਲਈ ਬਹੁਤ ਜ਼ਿਆਦਾ ਖੁਸ਼ ਹੈ ਅਤੇ ਆਪਣੇ ਪਾਪਾ ਤੋਂ ਗਿਫਟ ਮੰਗਦੀ ਹੈ ਗਿਫਟ ਦੇ ਵਿੱਚ ਉਹ ਮੋਬਾਈਲ ਫੋਨ ਦੀ ਮੰਗ ਕਰਦੀ ਹੈ ਉਸਦੇ ਪਾਪਾ ਉਸ ਨੂੰ ਮੋਬਾਈਲ ਫੋਨ ਲੈ ਕੇ ਦੇ ਦਿੰਦੇ ਹਨ ਨਾਲ ਹੀ ਇਹ ਕਹਿੰਦੇ ਹਨ ਕਿ ਉਹ 이어ਫೋನ್ ਜ਼ਿਆਦਾ ਯੂਜ਼ ਨਹੀਂ ਕਰੇਗੀ। ਇਸ ਤੋਂ ਬਾਅਦ ਉਸ ਦਾ ਜਨਮ ਦਿਨ ਆਉਣ ਵਾਲਾ ਹੁੰਦਾ ਹੈ। ਅਜੇ 20 ਕੁ ਦਿਨ ਬਾਕੀ ਹੁੰਦੇ ਹਨ। ਉਹ ਆਪਣੇ ਮੰਮੀ ਪਾਪਾ ਨੂੰ ਦੱਸਦੀ ਹੈ ਕਿ ਉਹ ਆਪਣੀਆਂ ਸਹੇਲੀਆਂ ਨੂੰ ਆਪਣੇ ਜਨਮ ਦਿਨ ਤੇ ਬੁਲਾਵੇਗੀ ਤੇ ਉਹਨਾਂ ਨੂੰ ਪਾਰਟੀ ਦੇਵੇਗੀ। ਇਸ ਦੇ ਲਈ ਉਹ ਸੋਚਦੇ ਹਨ ਕਿ ਘਰ ਦਾ ਕੁਝ ਸਮਾਨ ਖਰੀਦ ਲਿਆ ਜਾਵੇ ਤਾਂ ਜੋ ਪਾਰਟੀ ਦਾ ਇੰਤਜ਼ਾਮ ਚੰਗੀ ਤਰ੍ਹਾਂ ਹੋ ਸਕੇ। ਇਸ ਦੇ ਲਈ ਉਹ ਬਾਜ਼ਾਰ ਵਿੱਚ ਜਾਂਦੇ ਹਨ ਤਾਂ ਜੋ ਸਮਾਨ ਖਰੀਦ ਸਕਣ। ਜਿਉਂ ਹੀ ਉਹ ਗੱਡੀ ਤੋਂ ਉਤਰਦੇ ਹਨ ਮਿਨਾਕਸ਼ੀ ਆਪਣਾ ਈਅਰਫੋਨ ਲਗਾ ਲੈਂਦੀ ਹੈ ਤੇ ਗਾਣੇ ਸੁਣਨਾ ਸ਼ੁਰੂ ਕਰ ਦਿੰਦੀ ਹੈ ਉਸ ਦੇ ਮੰਮੀ ਪਾਪਾ ਉਸ ਨੂੰ ਰੋਕਣਾ ਚਾਹੁੰਦੇ ਹਨ ਪਰ ਉਸ ਦਾ ਮੂਡ ਖਰਾਬ ਨਾ ਹੋਵੇ ਇਸ ਲਈ ਚੁੱਪ ਕਰ ਜਾਂਦੇ ਹਨ ਜਿਉਂ ਹੀ ਉਹ ਸੜਕ ਪਾਰ ਕਰਦੇ ਹਨ ਤਾਂ ਮਿਨਾਕਸ਼ੀ ਦੇ ਮੰਮੀ ਪਾਪਾ ਤਾਂ ਸੜਕ ਪਾਰ ਕਰ ਜਾਂਦੇ ਹਨ ਪਰ ਮਿਨਾਕਸ਼ੀ ਪਿੱਛੇ ਰਹਿ ਜਾਂਦੀ ਹੈ ਉਹ 이어ਫೋನ್ ਤੇ ਗਾਣੇ ਸੁਣਦੀ ਹੋਈ ਸੜਕ ਪਾਰ ਕਰਨ ਲੱਗਦੀ ਹੈ ਤਾਂ ਮੋਟਰਸਾਈਕਲ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਉਹ ਉੱਥੇ ਹੀ ਡਿੱਗ ਜਾਂਦੀ ਹੈ ਅਤੇ ਚੀਕਾ ਮਾਰਨੀ ਸ਼ੁਰੂ ਕਰ ਦਿੰਦੀ ਹੈ ਲੋਕ ਇਕੱਠੇ ਹੋ ਜਾਂਦੇ ਹਨ ਉਸਦੇ ਮੰਮੀ ਪਾਪਾ ਵੀ ਉੱਥੇ ਆ ਜਾਂਦੇ ਹਨ ਉਹ ਵੀ ਦੇਖ ਕੇ ਘਬਰਾ ਜਾਂਦੇ ਹਨ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਹਨ ਹਸਪਤਾਲ ਵਿੱਚ ਜਾ ਕੇ ਉਸ ਦਾ ਇਲਾਜ ਕਰਵਾਇਆ ਜਾਂਦਾ ਜਿੱਥੇ ਕਿ ਬਹੁਤ ਸਾਰਾ ਖੂਨ ਵੀ ਉਸ ਦਾ ਨਿਕਲ ਜਾਂਦਾ ਹੈ ਉਸ ਦੀ ਲੱਤ ਦਾ ਫੈਕਚਰ ਹੋ ਚੁੱਕਿਆ ਹੁੰਦਾ ਹੈ ਜਿਸ ਕਰਕੇ ਉਸ ਨੂੰ 3 ਮਹੀਨੇ ਰੈਸਟ ਕਰਨ ਲਈ ਕਿਹਾ ਜਾਂਦਾ ਹੈ ਥੋੜਾ ਆਰਾਮ ਹੋਣ ਤੋਂ ਬਾਅਦ ਉਸ ਨੂੰ ਘਰ ਲਿਆਂਦਾ ਜਾਂਦਾ ਹੈ ਜਿਉਂ ਹੀ ਉਹ ਘਰ ਆਉਂਦੀ ਹੈ ਉਸ ਦੇ ਰਿਸ਼ਤੇਦਾਰ ਅਤੇ ਉਸ ਦੀਆਂ ਸਹੇਲੀਆਂ ਉਸ ਦਾ ਪਤਾ ਲੈਣ ਲਈ ਆਉਂਦੀਆਂ ਹਨ ਇਸ ਐਕਸੀਡੈਂਟ ਦਾ ਕਾਰਨ ਪੁੱਛਦੀਆਂ ਹਨ ਤਾਂ ਮੀਨਾਕਸ਼ੀ ਬੇਝਿਜਕ ਹੋ ਕੇ ਸਾਰੀ ਗੱਲ ਦੱਸ ਦਿੰਦੀ ਹੈ ਕਿ ਇਹ ਉਸ ਦੀ ਆਪਣੀ ਗਲਤੀ ਹੈ ਕਿਉਂਕਿ ਉਸ ਨੇ 이어ਫੋਨ ਲਗਾਇਆ ਹੋਇਆ ਸੀ ਇਸ ਕਰਕੇ ਉਸ ਨੂੰ ਮੋਟਰਸਾਈਕਲ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਉਸ ਵੱਲ ਧਿਆਨ ਗਿਆ ਜਿਸ ਕਰਕੇ ਇਹ ਐਕਸੀਡੈਂਟ ਹੋ ਗਿਆ ਇਸੇ ਲਈ ਉਹ ਬਹੁਤ ਪਛਤਾਉਂਦੀ ਵੀ ਹੈ ਕਿ ਉਸਨੇ ਆਪਣੇ ਮੰਮੀ ਪਾਪਾ ਦਾ ਕਹਿਣਾ ਨਹੀਂ ਮੰਨਿਆ ਇਸੇ ਕਰਕੇ ਇਹ ਨੌਬਤ ਆਈ ਇਸੇ ਲਈ ਉਹ ਦੂਸਰਿਆਂ ਨੂੰ ਨਸੀਹਤ ਵੀ ਦਿੰਦੀ ਹੈ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੌਬਾ ਵੀ ਕਰਦੀ ਹੈ ਇਸ ਤਰ੍ਹਾਂ ਕਹਾਣੀ ਦਾ ਅੰਤ ਹੋ ਜਾਂਦਾ ਹੈ ਵਿਦਿਆਰਥੀਓ ਅਗਲੇ ਵੀਡੀਓ ਵਿੱਚ ਅਸੀਂ ਫਿਰ ਮਿਲਾਂਗੇ ਤਦ ਤੱਕ ਧੰਨਵਾਦ ਸ਼ੁਕਰੀਆ